ਪੰਜਾਬ ਦੇ ਸਿਆਸੀ ਕਮਾਸਾਨ ਚ ਨਿਤਰੇ ਇਹ ਸਿਤਾਰੇ ਚੋਣ ਮੁਹਿੰਮ ਚ ਅਹਿਮ ਰੋਲ ਅਦਾ ਕਰ ਰਹੇ ਨੇ। ਫਿਲਮ ਅਦਾਕਾਰਾ ਕਿਰਨ ਖੇਰ ਤੇ ਸਾਬਕਾ ਕ੍ਰਿਕਟ ਖਿਡਾਰੀ ਅਜ਼ਹਰਉਦੀਨ ਆਪਣੀਆਂ ਆਪਣੀਆਂ ਹਮਖਿਆਲ ਪਾਰਟੀਆਂ ਲਈ ਚੋਣ ਮੈਦਾਨ ਚ ਨੇ। ਮੋਗਾ ਚ ਅਕਾਲੀ ਉਮੀਦਵਾਰ ਪਰਮਦੀਪ ਸਿੰਘ ਗਿੱਲ ਦੇ ਪ੍ਰਚਾਰ ਲਈ ਆਈ ਫਿਲਮ ਅਦਾਕਾਰਾ ਕਿਰਨ ਖੇਰ ਨੇ ਗਿੱਲ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦਿਆਂ ਆਪਣੇ ਚੋਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਗਿੱਲ ਦੇ ਹੱਕ ਚ ਭੁਗਤਣ। ਇਹਨਾਂ ਨੇ ਹਮੇਸ਼ਾ ਆਪਣੀ ਡਿਊਟੀ ਨਿਭਾਈ ਹੈ ਤੇ ਮੋਗਾ ਦੀ ਜਨਤਾ ਬਹੁਤ ਹੀ ਜ਼ਿਆਦਾ ਕਿਸਮਤ ਵਾਲੀ ਹੈ ਕਿ ਤੁਹਾਨੂੰ ਇਹੋ ਜਿਹਾ ਕੈਂਡੀਡੇਟ ਮਿਲਿਆ ਹੈ। ਉਧਰ ਕਾਂਗਰਸ ਲਈ ਪ੍ਰਚਾਰ ਕਰਨ ਆਏ ਸਾਬਕਾ ਕ੍ਰਿਕਟ ਖਿਡਾਰੀ ਅਜ਼ਹਰਉਦੀਨ ਨੇ ਖੰਨਾ ਤੋਂ ਪਾਰਟੀ ਉਮੀਦਵਾਰ ਗੁਰਕੀਰ ਸਿੰਘ ਕੋਟਲੀ ਦੇ ਹੱਕ 'ਚ ਇਸ ਅੰਦਾਜ਼ 'ਚ ਪ੍ਰਚਾਰ ਕੀਤਾ। ਔਰ ਮੈਨੂੰ ਇਤਨੀ ਇੱਜ਼ਤ ਔਰ ਪਿਆਰ ਮਿਲਾ ਹੈ, ਮੈਂ ਉਮੀਦ ਕਰਦਾ ਹਾਂ ਕਿ ਗੁਰਕੀਰਤ ਪਾਜੀ ਕੋ ਵੀ ਇਤਨਾ ਹੀ ਇੱਜ਼ਤ ਦੇ ਔਰ ਪਿਆਰ ਮਿਲੇ। ਔਰ ਜ਼ਿਆਦਾ ਮੈਂ ਤਾਂ ਖਾਲੀ 50,000 ਵੋਟ ਸੇ ਜਿੱਤਾ, ਮੈਂ ਉਮੀਦ ਕਰਦਾ ਹਾਂ ਕਿ 1,00,000 ਵੋਟ ਸੇ ਜਿੱਤੇਗੇ ਤਾਂ ਮੈਂ ਪਬਲਿਕ ਸੇ ਗੁਜ਼ਾਰਿਸ਼ ਕਰਤਾ ਹਾਂ ਕਿ ਜੋ ਡਿਵੈਲਪਮੈਂਟ ਹੋਗਾ, ਜੋ ਵਿਕਾਸ ਦਾ ਕੰਮ ਹੋਗਾ, ਉਹ ਕਾਂਗਰਸ ਗਵਰਨਮੈਂਟ ਆਏਗੀ ਤਾਂ ਹੋਗਾ। ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਪਾਰਟੀ ਪੂਰੀ ਵਾਹ ਲਾ ਰਹੀ ਹੈ, ਹਰ ਹੱਥਕੰਡਾ ਵਰਤ ਰਹੀ ਹੈ। ਬੇਸ਼ੱਕ ਚੋਣ ਕਮਿਸ਼ਨ ਦੀ ਸਖਤੀ ਕਾਰਨ ਕਈ ਰਵਾਇਤੀ ਹੱਥਕੰਡੇ ਉਹ ਨਹੀਂ ਵਰਤ ਸਕਦੇ, ਸੋ ਇਹਨਾਂ ਸਿਤਾਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਮੋਗਾ ਤੋਂ ਗਗਨ ਬਾਟਲਾ ਦੇ ਨਾਲ ਗੌਤਮ ਕਪਿਲ, ਜ਼ੀ ਖਬਰਾਂ।